बिल्कुल गुंडागर्दी की बादल अकाली दल ने, जिस करके वह मशहूर ने कब्जिया के गुरु ग्रंथ साहब की बेदबियां डेरियां माफ़ी ली। इतने तो इंस्टीगेट किया सरसे ने, हरमीत कालके ने, एक खुलेआम बोलते पे ने कि असी तो इन्हों जुतियां मारांगे, असी ये करांगे। और जो इन्हां दे मैंबर ने किया जिवें अंदर गालां कढ़ियां ने मीटिंग दे विच, मैं समझदा कि उस खाली तुसी नरिंदर सिंह उन्हां नूं छड्ड दो, पूरी सरकार पूरी एडमिनिस्ट्रेशन देख रही सी कि गुरद्वारे दी इलैक्शन है, शर्म नहीं आ रही इन्हां नूं। पर एक कीड़ी गुरसिक्खी है कि तुसी उत्थे धक्का मुक्की करोगे, गालां कढोगे, अपने जोड़े उतार के मारोगे, ਜਾਂ ਉੱਥੇ ਪੱਥਰਬਾਜ਼ੀ ਕਰੋ ਜਾਂ ਹੁੜਦੰਗਬਾਜ਼ੀ ਕਰੋ, ਇਹ ਤਾਂ ਅਲਾਊਡ ਨਹੀਂ ਨਾ ਜੀ। ਬਿਲਕੁਲ ਗੁੰਡਾਗਰਦੀ ਕੀਤੀ ਬਾਦਲ ਅਕਾਲੀ ਦਲ ਨੇ, ਜਿਸ ਕਰਕੇ ਉਹ ਮਸ਼ਹੂਰ ਨੇ ਕਬਜ਼ਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ 'ਚ ਡੇਰਿਆਂ ਨੂੰ ਮਾਫ਼ੀ ਲਈ। ਔਰ ਕੱਲ੍ਹ ਤੁਸੀਂ ਡਾਇਰੈਕਟਰ ਗੁਰਦੁਆਰਾ, ਜਿਹੜਾ ਇੱਕ IAS ਅਫਸਰ ਐਡਾ ਸੀਨੀਅਰ ਹੈ, ਉਸਦੇ ਉੱਤੇ ਤੁਸੀਂ ਹਮਲਾ ਕਰਦੇ ਪਏ ਹੋ। ਮੈਂ ਵੀ ਸ਼ਿਕਾਇਤਾਂ ਕੀਤੀਆਂ ਨੇ ਦਿੱਲੀ ਕਮੇਟੀ ਦੀਆਂ, ਜਿੱਥੇ MCC ਮਾਡਲ ਕੋਡ ਆਫ ਕੰਡਕਟ ਵਾਇਲੇਟ ਕੀਤਾ ਦਿੱਲੀ ਕਮੇਟੀ ਨੇ, ਪੈਸੇ ਵੰਡ ਰਹੇ ਨੇ, ਲੰਗਰ ਵੰਡ ਰਹੇ ਨੇ, ਫੀਸਾਂ ਮਾਫ਼ ਕਰ ਰਹੇ ਨੇ, ਸਭ ਕੁਝ ਕਰ ਰਹੇ, ਕੋਈ ਐਕਸ਼ਨ ਨਹੀਂ ਲਿਆ ਸਰ ਨਰਿੰਦਰ ਸਿੰਘ ਨੇ। ਪਰ ਮੈਂ ਕੋਰਟ 'ਚ ਗਿਆ ਵਾਂ, ਲੇਕਿਨ ਮੈਂ ਉਹਨਾਂ ਨੂੰ ਕੋਈ ਬਦਸ਼ਬਦ ਜਾਂ ਕੋਈ ਉਹਨਾਂ ਦੇ ਉੱਤੇ ਹਮਲਾ ਨਹੀਂ ਕੀਤਾ। ਇੱਥੇ ਤਾਂ ਇੰਸਟੀਗੇਟ ਕੀਤਾ ਸਰਸੇ ਨੇ, ਹਰਮੀਤ ਕਾਲਕੇ ਨੇ, ਇਹ ਖੁੱਲ੍ਹੇਆਮ ਬੋਲਦੇ ਪਏ ਨੇ ਕਿ ਅਸੀਂ ਤਾਂ ਇਹਨਾਂ ਨੂੰ ਜੁੱਤੀਆਂ ਮਾਰਾਂਗੇ, ਅਸੀਂ ਇਹ ਕਰਾਂਗੇ। ਔਰ ਜੋ ਇਹਨਾਂ ਦੇ ਮੈਂਬਰਾਂ ਨੇ ਕੀਤਾ ਜਿਵੇਂ ਅੰਦਰ ਗਾਲਾਂ ਕੱਢੀਆਂ ਨੇ ਮੀਟਿੰਗ ਦੇ ਵਿੱਚ, ਮੈਂ ਸਮਝਦਾ ਕਿ ਉਸ ਖਾਲੀ ਤੁਸੀਂ ਨਰਿੰਦਰ ਸਿੰਘ ਉਹਨਾਂ ਨੂੰ ਛੱਡ ਦਿਓ, ਪੂਰੀ ਸਰਕਾਰ ਪੂਰੀ ਐਡਮਿਨਿਸਟ੍ਰੇਸ਼ਨ ਦੇਖ ਰਹੀ ਸੀ ਕਿ ਇਹ ਗੁਰਦੁਆਰੇ ਦੀ ਇਲੈਕਸ਼ਨ ਹੈ, ਸ਼ਰਮ ਨਹੀਂ ਆ ਰਹੀ ਇਹਨਾਂ ਨੂੰ, ਇਹ ਕਰ ਕੀ ਰਹੇ ਨੇ? ਕੋਈ ਗੱਲ ਹੈ ਤਾਂ ਤੁਸੀਂ ਟੇਬਲ ਨੂੰ ਐਡਰੈਸ ਕਰੋ, ਤੁਸੀਂ ਸੀਟ ਨੂੰ, ਤੁਸੀਂ ਚੇਅਰ ਨੂੰ ਐਡਰੈਸ ਕਰੋ, ਔਰ ਆਪਣਾ ਪ੍ਰੋਟੈਸਟ ਦਰਜ ਕਰਾਓ। ਅਸੀਂ ਪ੍ਰੋਟੈਸਟ ਦਰਜ ਕਰਾਏ ਨੇ, ਤੁਸੀਂ ਧਾਂਦਲੇਬਾਜ਼ੀ ਕਰਕੇ ਵਿੱਚ ਨਾਮ ਆਪਣੇ ਪਾ ਦਿਓਗੇ ਲਿਸਟ ਦੇ ਵਿੱਚ, ਜਿਹੜੀ ਲੋਟਰੀ ਨਿਕਲਣੀ ਸੀਗੀ ਸਿੰਘ ਸਭਾਵਾਂ ਦੀ, ਝਗੜਾ ਉੱਥੋਂ ਸ਼ੁਰੂ ਹੋਇਆ। ਤੁਸੀਂ ਇਹ ਦੇਖੋ, ਇੱਕ ਗੁਰਦੁਆਰਾ ਭਾਈ ਲਾ ਲਓ, ਗੁਰਦੁਆਰਾ ਕਮੇਟੀ ਦੀ ਸਬ ਕਮੇਟੀ ਬਣਦੀ, ਉਸ ਨੂੰ ਪ੍ਰਧਾਨ ਸ਼ੋਅ ਕੀਤਾ ਹੋਇਆ, ਅਤੇ ਮੈਂ ਇਹ ਸਮਝਦਾ ਵਾਂ ਇਸ ਕਰਕੇ ਜੋ ਇਹਨਾਂ ਨੇ ਕੀਤਾ ਅਸੀਂ ਇਹਦੀ ਨਿਖੇਧੀ ਕਰਦੇ ਹਾਂ, ਔਰ ਇਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਹੋਣਾ ਚਾਹੀਦਾ, ਡਾਇਰੈਕਟਰ ਨੂੰ ਇਹਨਾਂ ਦੀ ਕੰਪਲੇਂਟ ਦੇਣੀ ਚਾਹੀਦੀ ਹੈ। ਦੇਖੋ, ਇਹ ਪਹਿਲੀ ਵਾਰ ਹੋਇਆ ਕਿ ਇਹੋ ਜਿਹੀ ਮਾੜੀ ਹਰਕਤ ਕਿਸੇ ਨੇ ਕੀਤੀ ਹੈ। ਮੈਨੂੰ ਤਾਂ ਅਫਸੋਸ ਹੈ ਕਿ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ ਜੋ ਇਹੋ ਜਿਹੀ ਹਰਕਤਾਂ ਕਰ ਰਹੇ ਨੇ। ਉੱਥੇ ਗੁਰਦੁਆਰਾ ਕਮੇਟੀ ਮੈਂਬਰ ਗਾਲਾਂ ਕੱਢ ਰਹੇ ਨੇ, ਜੁੱਤੇ ਮਾਰ ਰਹੇ ਨੇ, ਵੀ ਤੁਹਾਡਾ ਕੋਈ ਵਿਰੋਧ ਹੈ, ਤੁਹਾਡਾ ਕੋਈ ਝਗੜਾ ਹੈ, ਤੁਸੀਂ ਲਿਖਤ ਦੇ ਦਿਓ, ਝਗੜਾ ਆਪਣਾ ਦਰਜ ਕਰ ਲਓ। ਪਰ ਇਹ ਗੁੰਡਾਗਰਦੀ ਕਦ ਤੋਂ ਸ਼ੁਰੂ ਹੋ ਗਈ? ਇਹ ਹਿੰਦੁਸਤਾਨ ਹੈ, ਸੰਵਿਧਾਨ ਦੇ ਹਿਸਾਬ ਨਾਲ ਚੱਲਦਾ ਹੈ। ਗੁੰਡਾਗਰਦੀ ਕਰੋ, ਫਿਰ ਗੁੰਡਾਗਰਦੀ ਦਾ ਜਵਾਬ ਸਰਕਾਰ ਕੌਨਸਟੀਟਿਊਸ਼ਨ ਹੀ ਦੇਗੀ ਜੀ। ਔਰ ਮੈਂ ਅਪੇਕਸ਼ਾ ਕਰਾਂਗਾ ਕਿ ਚੀਫ ਸੈਕਟਰੀ ਸਾਹਿਬ ਦਿੱਲੀ ਦੇ, ਕਿਉਂਕਿ ਉਹ ਅਫਸਰ ਉਹਨਾਂ ਦੇ ਮਤਹਿਤ ਹੈ, ਚੀਫ ਸੈਕਟਰੀ ਸਾਹਿਬ ਉਸ ਗੱਲ ਦਾ ਕੋਗਨਿਸ ਲੈ ਕੇ ਉਹ ਅੱਗੇ ਉੱਥੇ ਕਾਰਵਾਈ ਪਾਉਣਗੇ, ਕਿਉਂਕਿ ਉਹ ਅਫਸਰ ਖੁਦ ਕਾਰਵਾਈ ਨਹੀਂ ਪਾ ਸਕਦਾ। ਚੀਫ ਸੈਕਟਰੀ ਸਾਹਿਬ ਨੂੰ ਕਾਰਵਾਈ ਪਾਉਣੀ ਪਏਗੀ, ਉਹ ਚੀਫ ਸੈਕਟਰੀ ਸਾਹਿਬ ਉੱਤੇ ਕਾਰਵਾਈ ਪਾਉਣ, ਔਰ ਜਿਹੜੇ ਵੀ ਲੋਕ ਉਸ ਵੇਲੇ ਹੁੜਦੰਗ ਕਰਨ 'ਚ, ਜੁੱਤੇ ਮਾਰਨ 'ਚ, ਜਾਂ ਉੱਥੇ ਗਾਲਾਂ ਕੱਢਣ 'ਚ ਜੋ ਹੈਗੇ ਨੇ, ਉਹ ਅਫਸਰ ਔਨ ਡਿਊਟੀ ਸੀ, ਜਿਹਨੇ ਵੀ ਧੱਕਾ ਮੁੱਕੀ ਕੀਤੀ ਉਹਦੇ ਖਿਲਾਫ਼ ਕਾਰਵਾਈ ਕਰਨ। ਸਰ, ਉਹਨਾਂ ਦਾ ਮੈਂਬਰਾਂ ਦਾ ਆਰੋਪ ਹੈ ਕਿ ਜਿਹੜੇ ਡਾਕਟਰ ਸਾਹਿਬ ਨੇ ਉਹ ਦਿੱਤੇ ਹੋਏ ਨੇ, ਉਹ ਸਰਨਾ ਜਾਂ ਜੀਕੇ ਪੱਗ ਲੈ ਰਹੇ ਨੇ, ਕਿਸੇ ਨੇ ਕਿਤੇ ਉਹਨਾਂ 'ਤੇ ਪ੍ਰੈਸ਼ਰ ਹੈ ਉਹ ਜੋ ਮਰਜ਼ੀ ਆਰੋਪ ਲਾਉਣ, ਪਰ ਕਿਸੇ ਵੀ ਅਫਸਰ ਨੂੰ ਜੁੱਤੇ ਮਾਰਨਾ, ਜੋੜੇ ਕੱਢ ਕੇ ਮਾਰਨਾ, ਗਾਲਾਂ ਕੱਢਣਾ, ਧੱਕੇ ਮਾਰਨਾ, ਇਹ ਤਾਂ ਕਿਸੇ ਵੀ ਕਾਨੂੰਨ 'ਚ ਨਹੀਂ ਲਿਖਿਆ। ਵੀ ਤੁਹਾਡਾ ਵਿਰੋਧ ਹੈ, ਤੁਸੀਂ ਕਾਰਵਾਈ ਪਾ ਲਓ, ਉੱਥੇ ਖਿਲਾਫ਼ ਚਿੱਠੀ ਲਿਖੋ, ਉਹਦੇ ਖਿਲਾਫ਼ ਕਾਰਵਾਈ ਪੜਾਓ, ਉਹਦੇ ਖਿਲਾਫ਼ ਕੋਰਟ 'ਚ ਜਾਓ। ਪਰ ਇਹ ਕਿਹੜੀ ਗੁਰਸਿੱਖੀ ਹੈ ਕਿ ਤੁਸੀਂ ਉੱਥੇ ਧੱਕਾ ਮੁੱਕੀ ਕਰੋਗੇ, ਗਾਲਾਂ ਕੱਢੋਗੇ, ਆਪਣੇ ਜੋੜੇ ਉਤਾਰ ਕੇ ਮਾਰੋਗੇ, ਜਾਂ ਉੱਥੇ ਪੱਥਰਬਾਜ਼ੀ ਕਰੋ ਜਾਂ ਹੁੜਦੰਗਬਾਜ਼ੀ ਕਰੋਗੇ? ਇਹ ਤਾਂ ਅਲਾਊਡ ਨਹੀਂ ਨਾ ਜੀ। ਇਸ ਕਰਕੇ ਸਾਡੀ ਤਾਂ ਬੇਨਤੀ ਹੈ ਚੀਫ ਸੈਕਟਰੀ ਦਿੱਲੀ ਨੂੰ ਕਿ ਜੋ ਜਿਸ ਵੀ ਆਦਮੀ ਨੇ ਉਹ ਉੱਥੇ ਧੱਕਾ ਮੁੱਕੀ ਕੀਤੀ, ਜੋੜੇ ਮਾਰੇ, ਜੁੱਤੇ ਕੱਢ ਕੇ ਮਾਰੇ, ਉਹਨਾਂ ਦੇ ਖਿਲਾਫ਼ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਕਿਉਂਕਿ ਇਹ ਸਿੱਖੀ ਦੇ ਜਿਹੜੇ ਸਾਡੀ ਰਹਿਤ ਮਰਿਆਦਾ ਜਾਂ ਸਾਡੀ ਸਿੱਖੀ ਦੇ ਜਿਹੜੇ ਸਾਡੇ ਨਿਯਮ ਨੇ ਉਹਦੇ ਖਿਲਾਫ਼ ਵੀ ਹੈ। ਔਰ ਇਹ ਹਿਊਮਨ ਜਿਹੜੇ ਸਾਡੇ ਰਾਈਟਸ ਨੇ ਉਹਦੇ ਖਿਲਾਫ਼ ਵੀ ਹੈ।